ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਬਾਣੀ ਚੈਨਲ ਦੇ ਸਾਰੇ ਹੀ ਪਰਿਵਾਰ ਨੂੰ ਅੱਜ ਮੈਂ ਬਹੁਤ ਹੀ ਖਾਸ ਮਹਿਮਾਨਾਂ ਦੇ ਨਾਲ ਮਿਲੌਣ ਜਾ ਰਹੀ ਆ ਬੜੀ ਖੁਸ਼ੀ ਹੋਈ ਇਹਨਾਂ ਬੱਚਿਆਂ ਨੂੰ ਵੇਖ ਕੇ ਕਿਉਂਕਿ ਸਾਨੂੰ ਵੀ ਇਹ ਇੱਕ ਕਹਿ ਸਕਦੇ ਆ ਵਿਢਪਾਗਾ ਸਮਾਂ ਮਿਲਿਆ ਕਿ ਇਹਨਾਂ ਬੱਚਿਆਂ ਦੇ ਕੋਲੋਂ ਸ਼ਬਦ ਵੀ ਸਰਵਣ ਕੀਤਾ ਅੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਵਿਸ਼ੇਸ਼ ਤੌਰ ਤੇ ਆਈਡੀਪੀਏ ਸਕੂਲ ਜੰਮੂ ਦੇ ਵਿਦਿਆਰਥੀਆਂ ਨੇ ਇੱਕ ਸ਼ਬਦ ਗਾਇਆ ਔਰ ਉਹ ਸ਼ਬਦ ਵੀ ਤੁਸੀਂ ਜਲਦ ਹੀ ਇੱਕ ਬਾਣੀ ਚੈਨਲ ਦੇ ਰਾਹੀਂ ਸਰਵਣ ਕਰੋਗੇ ਤੇ ਨਾਲ ਹੀ ਇੱਕ ਬਾਣੀ ਚੈਨਲ ਦੇ ਪੂਰੇ ਹੀ ਪਰਿਵਾਰ ਦੇ ਨਾਲ ਆਪਣੇ ਥੋੜੇ ਥੋੜੇ ਵਿਚਾਰ ਨੇ ਜਿਹੜੇ ਇਹ ਬੱਚੇ ਸਾਂਝੇ ਕਰਨਗੇ ਬਹੁਤ ਸੋਹਣੇ ਸੋਹਣੇ ਸੁਨੇਹੇ ਦਿੰਦੇ ਨੇ ਇਹ ਸਾਡੇ ਨਾਲ ਨੇ ਇਹ ਛੋਟੀ ਬੱਚੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਸਸ ਸਸ਼ੀ ਗਾਲ ਸਾਰਿਆਂ ਨੂੰ ਮੇਰਾ ਨਾਮ ਅੰਜਨ ਕੌਰ ਹੈ ਮੈਂ ਆਈਡੀਪੀਐਸ ਤੋਂ ਹਾਂ ਮੇਰੇ ਵੱਲੋਂ ਤੁਹਾਡੇ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਔਰ ਇਹ ਬੱਚੇ ਅੱਜ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਵਧਾਈਆਂ ਜ਼ਰੂਰ ਦੇਣਗੇ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਤੇ ਚਾ ਹੈਗਾ ਔਰ ਇਹਨਾਂ ਦਾ ਸ਼ਬਦ ਜਦੋਂ ਤੁਸੀਂ ਸੁਣੋਗੇ ਬਹੁਤ ਹੀ ਰਸਪੀਣਾ ਕੀਰਤਨ ਹੈ ਜਿਹੜਾ ਇਹਨਾਂ ਬੱਚਿਆਂ ਨੇ ਕੀਤਾ ਔਰ ਇਹਨਾਂ ਦੇ ਸਟਾਫ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਤੇ ਵਿੱਚ ਤੇ ਸਾਡੇ ਨਾਲ ਹੋਰ ਵੀ ਬੱਚੇ ਨੇ ਜੀਵਾਇ ਗੁਰਜੀ ਦਾ ਖਾਲਸਾ ਫਤਿਹ ਕੀ ਨਾਮ ਹੈ ਬੱਚੇ ਤੁਹਾਡਾ ਸਸ਼ਵੀਕਲ ਸਾਰੇ ਨੂੰ ਮੇਰਾ ਨਾਮ ਬ੍ਰਮਜੀਤ ਸਿੰਘ ਹੈ ਮੈਂ ਆਈਡੀਪੀਆ ਸਕੂਲ ਚ ਪੜਦਾ ਹਾਂ ਤੇ ਮੇਰੇ ਵੱਲੋਂ ਤੁਹਾਡੇ ਸਭ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਤਾਂ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੇ ਪੰਜਾਬੀ ਵੀ ਨਾਲ-ਨਾਲ ਸਿੱਖ ਰਹੇ ਨੇ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਤੇ ਹੋਰ ਵੀ ਬੱਚਿਆਂ ਨਾਲ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਕੀ ਨਾਮ ਹੈ ਬੱਚੇ ਤੁਹਾਡਾ ਮੇਰਾ ਨਾਮ ਆਮੀਨਾ ਹੈ ਅ ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਬਹੁਤ ਹੀ ਪਿਆਰੇ ਬੱਚੇ ਨੇ ਔਰ ਇਹਨਾਂ ਬੱਚਿਆਂ ਦੇ ਨਾਲ ਤੁਹਾਨੂੰ ਮਿਲਵਾ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੋਈ ਹੋਰ ਬੱਚਾ ਆਪਣਾ ਸੁਨੇਹਾ ਦੇਣਾ ਚਾਹੁੰਦਾ ਦੋਗੇ আচ্ছা ਤੁਸੀਂ ਗੁਰਪੁਰਬ ਦੀਆਂ ਵਧਾਈਆਂ ਦੇ ਦੋ ਮੇਰਾ ਨਾਮ ਆਲੀਆ ਹੈ ਮੇਰੇ ਨਾਲ ਸਾਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਆ ਕੋਸ਼ਿਸ਼ ਕਰ ਰਹੇ ਨੇ ਬੱਚੇ ਪੰਜਾਬੀ ਬੋਲਣ ਦੀ ਇਹ ਵੀ ਇੱਕ ਬਹੁਤ ਵੱਡਾ ਕਿਉਂਕਿ ਅਕਸਰ ਹੀ ਸਾਨੂੰ ਇਹ ਹੁੰਦਾ ਹੈ ਕਿ ਵੱਡੇ ਵੱਡੇ ਆ ਕੇ ਕੈਮਰੇ ਦੇ ਅੱਗੇ ਆਵਾਜ਼ ਜਿਹੜੀ ਰੁਕ ਜਾਂਦੀ ਹੈਗੀ ਹੈ ਕਈ ਵਾਰੀ ਸਾਡੇ ਨਾਲ ਵੀ ਹੁੰਦਾ ਹੋਣਾ ਲੇਕਿਨ ਇਹਨਾਂ ਬੱਚਿਆਂ ਦਾ ਕੌਨਫੀਡੈਂਸ ਵੀ ਤਾਂ ਹੈਗਾ ਕਿ ਉਹ ਕੈਮਰੇ ਗਿਆ ਕੇ ਖੁਦ ਬੋਲਣ ਦੇ ਲਈ ਕਹਿ ਰਹੇ ਨੇ ਔਰ ਤੁਹਾਡੇ ਸਾਰਿਆਂ ਦੇ ਨਾਲ ਹੀ ਗੁਰਪੁਰਬ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਨੇ ਸਾਰੇ ਜਣੇ ਆਪਾਂ ਇਹਨਾਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਇਨਾਂ ਦੀ ਚੜ੍ਹਦੀ ਕਲਾ ਦੇ ਲਈ ਇਨਾਂ ਦੇ ਸਟਾਫ ਦੀ ਚੜ੍ਹਦੀ ਕਲਾ ਦੇ ਲਈ ਔਰ ਸਕੂਲ ਦਾ ਬਹੁਤ ਵੱਡਾ ਉਪਰਾਲਾ ਹੈਗਾ ਸਕੂਲ ਹੈ ਆਈਡੀਪੀਐਸ ਜੰਮੂ ਸਕੂਲ ਬੱਚਿਆਂ ਨੂੰ ਅਕਸਰ ਹੀ ਆਪਾਂ ਦੇਖਦੇ-ਦੇਖ ਬਾਣੀ ਚੈਨਲ ਦੇ ਰਾਹੀਂ ਤੁਸੀਂ ਪਹਿਲਾਂ ਵੀ ਇਨਾਂ ਦੇ ਸ਼ਬਦ ਹੈ ਜਿਹੜੇ ਸਰਵਣ ਕਰਦੇ ਹੋ ਸਕੂਲ ਦਾ ਬਹੁਤ ਵੱਡਾ ਉਪਰਾਲਾ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਹਰ ਇੱਕ ਧਰਮ ਜਾਤ ਮਜ਼ਹਬ ਦਾ ਸਤਕਾਰ ਕਰਾਉਣਾ ਜਿਹੜਾ ਇਨਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਇਹ ਬੱਚੇ ਗੁਲਦਸਤੇ ਦੇ ਵਿੱਚ ਨੇ ਇਨਾਂ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਮੋਹ ਤੇ ਪਿਆਰ ਹੈ ਔਰ ਇਹਨਾਂ ਦੇ ਸਟਾਫ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਹੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੈਂ ਨਾ ਬੱਚਿਆਂ ਦੇ ਵੱਲੋਂ ਔਰ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਬਹੁਤ-ਬਹੁਤ ਵਧਾਈ ਦੇਨੀ ਆਂ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ